ਤਾਂ ਅੰਮ੍ਰਿਤਸਰ ਦੇ ਵਿੱਚ ਦੀਵਾਲੀ ਦੇ ਮੌਕੇ ਸੁਰੱਖਿਆ ਨੂੰ ਲੈ ਕੇ ਪੁਲਿਸ ਨੇ ਪੁਖਤਾ ਇੰਤਜ਼ਾਮ ਕੀਤੇ ਨੇ। ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਵੱਖ ਵੱਖ ਏਰੀਆ ਦੇ ਵਿੱਚ 3 ਜ਼ੋਨ ਸ਼ਹਿਰ ਦੇ ਬਣਾਏ ਗਏ ਨੇ ਔਰ ਉੱਥੇ ਪੁਲਿਸ ਨੂੰ ਡਿਪਿਊਟ ਕੀਤਾ ਗਿਆ। ਗੁਰੂ ਦੀ ਨਗਰੀ ਹੈ ਔਰ ਬਾਹਰੋਂ ਟੂਰਿਸਟ ਵੀ ਆਉਂਦੇ ਨੇ। ਤਾਂ ਸਰ ਸਭ ਤੋਂ ਪਹਿਲਾਂ ਦੀਵਾਲੀ ਦੇ ਮੌਕੇ ਪਹਿਲਾਂ ਤੁਸੀਂ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਜੀ, ਉਸ ਤੋਂ ਬਾਅਦ ਅਸੀਂ ਤੁਹਾਡੇ ਕੋਲ ਦੂਸਰੀ ਜਾਣਕਾਰੀ ਦਾ। ਮੈਂ ਸਾਰੀ ਗੁਰੂ ਨਗਰੀ ਦੇ ਸਤਿਕਾਰਯੋਗ ਨਿਵਾਸੀਆਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਖੁਸ਼ੀ ਦੇਣ ਔਰ ਸਿਹਤਯਾਬੀ ਦੇਣ। ਔਰ ਦੂਸਰੇ ਪਾਸੇ ਮੈਂ ਸਭ ਨੂੰ ਅਪੀਲ ਵੀ ਕਰਦਾ ਕਿ ਆਪਾਂ ਸਾਰੇ ਕਾਨੂੰਨ ਦੀ ਪਾਲਣਾ ਕਰੀਏ, ਕਾਨੂੰਨ ਦਾ ਆਦਰ ਕਰੀਏ ਔਰ ਪੁਲਿਸ ਨੂੰ ਆਪਣਾ ਇੱਕ ਹਮਦਰਦ ਦੋਸਤ ਸਮਝੀਏ ਔਰ ਸਾਨੂੰ ਜੋ ਵੀ ਮਾੜੇ ਅਨਸਰ ਬਾਰੇ ਜਾਂ ਕੋਈ ਐਕਟੀਵਿਟੀ ਬਾਰੇ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਸ਼ੇਅਰ ਕਰੀਏ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਸਾਡੇ ਮਾਣਯੋਗ CM ਸਾਹਿਬ ਦੇ ਦਿਸ਼ਾ ਨਿਰਦੇਸ਼ 'ਤੇ ਹਰ ਤਰ੍ਹਾਂ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ। CP ਸਰ, ਤੁਸੀਂ ਜ਼ਿਕਰ ਕੀਤਾ ਕਿ 3 ਜ਼ੋਨਾਂ ਦੇ ਵਿੱਚ ਪੁਲਿਸ ਨੂੰ, ਜਿਵੇਂ ਰਾਤ ਵੀ ਤੁਸੀਂ ਫੀਲਡ ਦੇ ਵਿੱਚ ਸੀਗੇ, ਦੇਰ ਰਾਤ ਤੱਕ, ਸੁਬਹਾ ਤੋਂ ਵੀ, ਕਿਉਂਕਿ ਟੂਰਿਸਟ ਕਾਫੀ ਆਉਂਦੇ ਨੇ ਗੁਰੂ ਦੀ ਨਜ਼ਰੀ ਦੇ ਵਿੱਚ ਔਰ ਇਸ ਵਾਰ ਤਿਉਹਾਰ ਵੀ 2 ਦਿਨਾਂ ਦੇ ਕਰਕੇ ਹੋ ਗਿਆ ਕਿ ਅੱਜ ਵੀ ਪੁਖਤਾ ਇੰਤਜ਼ਾਮ ਕੀਤੇ ਨੇ, ਕੱਲ੍ਹ ਵੀ ਤੁਸੀਂ ਲਗਾਤਾਰ ਕਰ ਰਹੇ ਹੋ, ਪੁਲਿਸ ਡਿਪਲੋਇਮੈਂਟ ਕਿਵੇਂ ਰਹੇਗੀ 3 ਜ਼ੋਨਾਂ ਦੇ ਵਿੱਚ, 3 DCP ਸਾਹਿਬ ਲੀਡ ਕਰ ਰਹੇ ਨੇ? ਹਾਂਜੀ, ਸਾਰੇ ਆਫਿਸਰ ਲੀਡ ਫਰੋਮ ਦੀ ਫਰੰਟ ਹੈ ਔਰ ਅਸੀਂ ਵੀ ਹੁਣ ਸਾਰੇ ਆਪ ਏਰੀਏ 'ਚ ਨਿਕਲਾਂਗੇ ਇਸ ਤੋਂ ਬਾਅਦ ਔਰ ਸਾਰੇ, ਤਾਂ ਕਿ ਜਿਹੜੀ ਫੋਰਸ ਹੈ ਉਹ ਵੀ ਐਕਟਿਵ ਰਹਿੰਦੀ ਹੈ ਔਰ ਉਹਦੀ ਹੌਸਲਾ ਅਫਜ਼ਾਈ ਵੀ ਕਰਨੀ ਹੈ ਔਰ ਜਿਹੜੀ ਫੋਰਸ ਨੇ ਹੁਣ ਇਹ ਚੰਗਾ ਕੰਮ ਕੀਤਾ ਉਹਨੂੰ ਵੀ ਅਸੀਂ ਕੱਲ੍ਹ ਪਲੈਨ ਕਰ ਰਹੇ ਹਾਂ ਕਿ ਉਹਨਾਂ ਨੂੰ ਜਾ ਕੇ ਉੱਥੇ ਥਾਣੇ ਦੇ ਵਿੱਚ ਉਹਨਾਂ ਨਾਲ ਉਹਨਾਂ ਦੀ ਹੌਸਲਾ ਲਈ ਉਹਨਾਂ ਦੇ ਕਮੈਂਡੇਸ਼ਨ ਸਰਟੀਫਿਕੇਟ ਦਿੱਤੇ ਜਾਣ ਔਰ ਮੈਂ ਉਹਨਾਂ ਨਾਲ ਆਪ ਟਾਈਮ ਸਪੈਂਡ ਕਰਾਂ ਸੋ ਦੈਟ ਉਹ ਓਨਰਡ ਫੀਲ ਕਰਨ ਕਿ ਅਸੀਂ ਇੰਨਾ ਅੱਛਾ ਕੰਮ ਕੀਤਾ। ਔਰ ਇਸ ਤੋਂ ਇਲਾਵਾ ਅਸੀਂ ਸ਼ਹਿਰ ਦੇ ਵਿੱਚ ਜਿੰਨੇ ਵੀ ਸਾਡੇ ਪ੍ਰਾਇਰਟੀ ਏਰੀਆਜ਼ ਨੇ, ਚਾਹੇ ਉਹ ਰਿਲੀਜੀਅਸ ਪਲੇਸਿਸ ਨੇ, ਚਾਹੇ ਉਹ ਥਰੈਟਨ ਪਰਸਨ ਨੇ ਉਹਨਾਂ ਦੀ ਸਿਕਿਉਰਿਟੀ ਹੈ, ਚਾਹੇ ਉੱਦਾਂ ਬਾਜ਼ਾਰਾਂ ਦੇ ਭੀੜ ਭੜਾਕੇ ਦੇ ਵਿੱਚ ਰੈਗੂਲੇਸ਼ਨ ਹੈ, ਉਹ ਸਾਰੀਆਂ ਚੀਜ਼ਾਂ ਇੱਕ DCP ਲੈਵਲ ਦੇ ਆਫਿਸਰ ਹਰੇਕ ਜ਼ੋਨ 3 ਦੇ ਵਿੱਚ ਹੈੱਡ ਕਰ ਰਹੇ ਨੇ ਔਰ ਸਾਰੀ ਫੋਰਸ ਐਕਸਟਰਾ ਵੀ ਕੱਢ ਕੇ ਅਸੀਂ ਆਪਣੇ ਆਫਿਸਿਸ ਦੇ ਵਿੱਚੋਂ ਦੂਜੀਆਂ ਯੂਨਿਟਸ ਤੋਂ ਸਾਰੀ ਔਨ ਗਰਾਊਂਡ ਕੀਤੀ ਹੈ, ਜਿੰਨਾ ਵਿਜ਼ੀਬਿਲਟੀ ਇੰਪਰੂਵ ਹੋਈ ਹੈ ਔਰ ਮਾਣਯੋਗ DG ਸਾਹਿਬ ਵੱਲੋਂ ਵੀ ਸਾਨੂੰ 3 ਕੰਪਨੀਆਂ ਐਕਸਟਰਾ ਵੀ ਮਿਲੀਆਂ। ਸਰ, ਪੂਰੇ ਸ਼ਹਿਰ ਦੇ ਜਿਹੜੇ ਐਂਟਰੀ ਪੁਆਇੰਟ ਨੇ, ਮੇਰਾ ਆਖਰੀ ਸਵਾਲ ਹੈ, ਐਂਟਰੀ ਪੁਆਇੰਟਸ ਦੇ ਉੱਪਰ ਵੀ ਜਿਹੜੀ ਪੈਨੀ ਨਜ਼ਰ ਰਹਿ ਰਹੀ ਹੈ ਔਰ CCTVs ਦੇ ਨਾਲ ਵੀ ਤੁਸੀਂ ਨਜ਼ਰ ਰੱਖ ਰਹੇ ਹੋ ਔਰ ਇਹ ਜਿਹੜੀ ਇਸ ਤੋਂ ਇਲਾਵਾ ਹੋਰ ਜਿਹੜੀ ਨਾਕੇਬੰਦੀ ਜਿਹੜੀ ਹੈ, ਚੈਕਿੰਗ ਹੋ ਰਹੀ ਹੈ, ਇਸ ਨੂੰ ਕਿਸ ਲੈਵਲ ਤੱਕ, ਬੱਸ ਅੱਡੇ, ਰੇਲਵੇ ਸਟੇਸ਼ਨ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ? ਸਾਰੇ ਹਰ ਜਗ੍ਹਾ ਜੀ, ਸਾਰੀ ਪੁਲਿਸ ਫੋਰਸ ਅਸੀਂ ਐਕਸਟਰਾ ਦਿੱਤੀ ਹੈ ਹਰੇਕ ਥਾਣੇ ਨੂੰ, ਹਰੇਕ ਜ਼ੋਨ ਨੂੰ, ਹਰੇਕ ਸਬ ਡਿਵੀਜ਼ਨ ਨੂੰ ਔਰ ਉਹਦਾ ਇਹੀ ਮੇਨ ਕਾਰਨ ਹੈ ਕਿ ਅਸੀਂ ਵਿਜ਼ੀਬਿਲਟੀ ਕਰਕੇ ਇੰਟੈਂਸਿਵ ਚੈਕਿੰਗ ਕਰੀਏ। ਬੜੀ ਬਾਖੂਬੀ ਮਤਲਬ ਚੈਕਿੰਗ ਸਾਡੀ ਫੋਰਸ ਨੂੰ ਕਰਨ ਦੀ ਡਾਇਰੈਕਸ਼ਨ ਹੈ ਕਿ ਸ਼ਿਫਟਿੰਗ ਨਾਕੇ ਲਾਵਾਂ, ਸਰਪ੍ਰਾਈਜ਼ ਐਲੀਮੈਂਟਸ ਲਾਉਣ ਔਰ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਉਹਨਾਂ ਦੇ ਟਿਕਾਣਿਆਂ 'ਤੇ ਰੇਡ ਵੀ ਹੋਣ। ਥੈਂਕ ਯੂ ਸਰ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਸਾਹਿਬ, ਤਾਂ ਪਿਛਲੇ ਦਿਨੀ ਵੀ ਪੁਲਿਸ ਨੇ ਇੱਕ ਨਾਕੇਬੰਦੀ ਕੀਤੀ ਸੀ ਤਾਂ ਹੈਰੋਇਨ ਦੀ ਬਰਾਮਦਗੀ ਟ੍ਰੈਫਿਕ ਪੁਲਿਸ ਨੇ ਕਰ ਲਈ ਸੀ, ਤਾਂ ਇਸ ਤਰ੍ਹਾਂ ਹੀ ਪੁਲਿਸ ਜਿਹੜੀ ਨਾਕੇਬੰਦੀ ਹੈ ਪੂਰੇ ਸ਼ਹਿਰ 'ਚ ਦੇਖਣ ਨੂੰ ਮਿਲ ਰਹੀ ਹੈ, ਚੱਪੇ ਚੱਪੇ 'ਤੇ ਪੁਲਿਸ ਹੈ ਔਰ DCP ਮੰਡੇਰ ਸਾਹਿਬ, ਜਿਹੜੇ ਹੋਰ ਵੀ ਜਾਂ ਹੋਰ DCP ਸਾਹਿਬ ਨੇ, ਉਹਨਾਂ ਵੱਲੋਂ 3 ਜ਼ੋਨ ਜਿਹੜੇ ਬਣਾਏ ਗਏ ਨੇ ਉਹਨਾਂ ਦੇ ਉੱਤੇ ਲਗਾਤਾਰ ਪੈਟਰੋਲਿੰਗ ਰੱਖੀ ਜਾ ਰਹੀ ਔਰ CP ਸਾਹਿਬ ਵੀ ਆਪ ਸਾਰੇ ਏਰੀਆ 'ਤੇ ਨਜ਼ਰ ਰੱਖ ਰਹੇ ਨੇ ਤਾਂ ਕਿ ਲੋਕ ਅਮਨ ਸ਼ਾਂਤੀ ਦੇ ਨਾਲ ਜਿਹੜੀ ਦੀਵਾਲੀ ਦਾ ਤਿਉਹਾਰ ਹੈ ਮਨਾ ਸਕਣ। ਕੈਮਰਾ ਪਰਸਨ ਮੁਕੇਸ਼ ਬਾਬ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸਵੇਰਾ TV, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ TV YouTube, Facebook, Instagram, X ਔਰ WhatsApp ਚੈਨਲ ਪਰ।